ਨਹੀਂ ਯਾਰ ਅਜੇ ਆਇਆ ਹੀ ਨਹੀਂ ਕੋਈ ਮਦਈ ਨਹੀਂ ਫਿਰ ਵੀ ਦੱਸ ਦੋ ਕੀ ਹੋਇਆ ਉਹ ਕਤਲ ਹੋਇਆ ਅਜੇ ਤਾਈਂ ਪਤਾ ਨਹੀਂ ਲੱਗਿਆ ਵੀ ਕਿਵੇਂ ਹੋਇਆ ਕਿਹਨੇ ਕੀਤਾ ਕਿੱਥੇ ਹੋਇਆ ਜੀ ਕੀ ਮੈਸਰ ਖਾਨੇ ਹੋਇਆ ਪਰ ਅਜੇ ਤਾਈਂ ਕਲੀਅਰ ਨਹੀਂ ਜਦੋਂ ਕੋਈ ਆਊਗਾ ਮਦਈ ਬਿਆਨ ਲਿਖਾਊਗਾ ਫਿਰ ਪਤਾ ਲੱਗੂਗਾ ਕਿਹਦਾ ਕਤਲ ਹੋਇਆ ਕਿੱਥੋਂ ਰਹਿਣ ਵਾਲਾ ਮੁੰਡਾ ਉਹ ਮੈਸਰ ਖਾਨੇ ਦਾ ਹੀ ਹੈ ਦੂਜਾ ਜੀ ਦੂਜਾ ਉਹ ਤਾਂ ਮਤਲਬ ਅਜੇ ਉਹਦੇ ਨਾਲ ਕਲੀਅਰ ਨਹੀਂ ਵੀ ਕਿ ਉਹਦੇ ਨਾਲ ਸੀ ਕਿਵੇਂ ਸੀ ਉਹ ਹਰਿਆਣੇ ਦਾ ਹੈ ਸ਼ੱਕਦੇ ਦੇ ਹੱਥ ਕੋਈ ਬੰਦੇ ਚੱਕੇ ਨਹੀਂ ਜੀ ਨਹੀਂ ਉਹਨਾਂ ਦੇ ਨਾਲ ਦੇ ਆ ਉਹਨਾਂ ਦੇ ਮਤਲਬ ਜਿਹੜੇ ਉਹਨਾਂ ਦੇ ਨਾਲ ਸੀ ਉਹੀ ਆ ਉਹਨਾਂ ਨੂੰ ਬੁਲਾਇਆ ਪਤਾ ਲੱਗਿਆ ਜ਼ਖਮੀ ਤੋਂ ਕੌਣ ਸੀ ਕੀ ਗੱਲਬਾਤ ਸੀ ਨਹੀਂ ਪਤਾ ਲੱਗਿਆ ਅਜੇ ਨਹੀਂ ਅੱਛਾ ਜੀ ਉਸ ਨੂੰ ਪਤਾ ਲੱਗਿਆ ਕਿੰਨੀ ਕੁ ਉਮਰ ਹੈ ਜਿਹੜੇ ਲੜਕੇ ਜੱਤ ਹੋਈ ਉਹ 25 ਸਾਲ ਦਾ ਅੱਛਾ ਕੋਈ ਸੀਸੀਟੀਵੀ ਵਗੈਰਾ ਉੱਥੇ ਦੇਖਿਆ ਨਹੀਂ ਉਹ ਕੋਈ ਕੈਮਰਾ ਚ ਕਲੀਅਰ ਨਹੀਂ ਹੋ ਰਿਹਾ ਲੈ ਤਾਂ ਰਹੇ ਆ ਕਿੰਨੇ ਕੁ ਬੰਦੇ ਸੀ ਵਿੱਚ ਲੱਗਿਆ ਮੁੱਢਲੀ ਜਾਂਚ ਚ ਪਤਾ ਲੱਗਿਆ ਹੋਇਆ 4-5 ਬੰਦੇ ਸੀ ਅੱਛਾ ਜੀ ਹਾਂ ਕੁਝ ਰਾਉਂਡ ਅਪ ਕੀਤੇ ਵਿੱਚ ਪਤਾ ਲੱਗਿਆ ਨਹੀਂ ਕੁਝ ਨਹੀਂ ਅਜੇ ਤਾਂ ਇਹਨਾਂ ਦੇ ਨਾਲ ਦੇ ਨੂੰ ਪੁੱਛ ਲੈ ਉਹਨੂੰ ਨਾਂ ਨਹੀਂ ਨਾ ਜਾਣਦਾ ਮੁੰਡਾ ਹਰਿਆਣੇ ਦਾ ਜਿਹੜਾ ਉਹਨੂੰ ਪਤਾ ਨਹੀਂ ਵੀ ਕੌਣ ਸੀ ਕੌਣ ਨਹੀਂ ਉਹ ਮੇਲਾ ਸੀ ਨਾ ਉੱਥੇ ਮੇਲੇ ਕਰਕੇ ਇਕੱਠੇ ਹੋਏ ਸੀ ਆਸੇ-ਆਸੇ ਪਿੰਡਾਂ ਦੇ ਲੋਕ ਨਾਮ ਕੇ ਮਨ ਨਾਲ ਕਿੰਨੀ ਕੁ ਉਮਰ ਹੈ ਉਹਦਾ ਉਹ 10 ਤਾਂ 25 ਸਾਲ ਉਮਰ ਹੈ ਨਿੱਕਾ ਨਿੱਕਾ ਨਸ਼ੇ ਵਗੈਰਾ ਕਰਦਾ ਸੀ ਜੀ ਨਹੀਂ ਨਹੀਂ ਇਹ ਨਹੀਂ ਮੈਂ ਕਹਿ ਸਕਦਾ ਨਹੀਂ ਕਰਦਾ ਕਹਿੰਦੇ ਪੱਕਾ ਨਹੀਂ ਮੈਂ ਅਜੇ ਤਾਈਂ ਪਤਾ ਨਹੀਂ